ਹਾਂਜੀ ਲਾਹੌਰ ਤੋਂ ਸ਼ੋਪਿੰਗ ਕਰਾਂਗੇ ਥੋੜ੍ਹੀ ਬਹੁਤ। ਬਾਕੀ ਸਾਨੂੰ ਤਾਂ ਜਿੱਦਣ ਵੀਜ਼ਾ ਮਿਲ ਗਿਆ ਸੀਗਾ ਉੱਦਣ ਹੀ ਬੜੀ ਖੁਸ਼ੀ ਹੋਈ ਹੈ ਕਿ ਬਾਬੇ ਨਾਨਕ ਨੇ ਸਾਨੂੰ ਚਿੱਠੀ ਪਾ ਕੇ ਸੱਦ ਲਿਆ, ਅਤੇ ਮੈਂ ਖਾਸ ਕਰਕੇ ਦੋਵਾਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਵੀ ਅਤੇ ਪਾਕਿਸਤਾਨ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਰਸਤਾ ਨਾ ਇਹ ਲਗਾਤਾਰ ਖੁੱਲ੍ਹਾ ਰਹਿਣਾ ਚਾਹੀਦਾ। ਇਹ ਖਾਲੀ ਦਿਨ ਤਿਉਹਾਰ 'ਤੇ ਨਹੀਂ, ਇੱਦਾਂ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਰਹਿਣ ਅਤੇ ਬਹੁਤ ਵਧੀਆ ਹੋਏਗਾ, ਲੈ ਕੇ ਜਾਣਗੇ। ਅਤੇ ਉਹਦੇ ਬਾਅਦ 'ਚ ਡੇਰਾ ਸਾਹਿਬ ਜਾਣਾ ਹੈਗਾ, ਉਹਦੇ ਬਾਅਦ 'ਚ ਕਰਤਾਰਪੁਰ ਸਾਹਿਬ ਜਾਣਾ ਹੈਗਾ, ਇਹ ਪੂਰੀ ਸਾਡੀ ਜਿਹੜੀ 10 ਦਿਨ ਦੀ ਯਾਤਰਾ ਹੈਗੀ ਆ। ਨਹੀਂ ਉਹ ਲਾਹੌਰ ਬਾਰੇ ਤਾਂ ਮੈਂ ਬਹੁਤਾ ਨਹੀਂ ਜਾਣਦਾ, ਅਤੇ ਬਾਕੀ ਸਾਡੇ ਇੱਕ ਪੰਜਾਬੀ 'ਚ ਕਹਾਵਤ ਆ ਕਿ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ, ਅਤੇ ਕਲਾਨੌਰ ਸਾਡੇ ਉੱਥੇ ਗੁਰਦਾਸਪੁਰ 'ਚ ਹੈਗਾ। ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਉੱਥੇ ਹਿੰਦੁਸਤਾਨ ਦੇ ਵਿੱਚ ਵੀ ਬੜੇ ਮੁਸਲਮਾਨਾਂ ਨਾਲ ਚੰਗੇ ਰਿਲੇਸ਼ਨ ਹੈਗੇ ਆ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀ ਵੀ ਔਰ ਮੈਂ ਤੁਹਾਡੇ ਨਾਲ ਇਰਫਾਨ ਸਮੋਰ। ਇਸ ਵੇਲੇ ਅਸੀਂ ਗੁਰਦੁਆਰਾ ਸੱਚਾ ਸੌਦਾ ਫਾਰੂਕਾਬਾਦ ਖੜ੍ਹੇ ਹਾਂ। ਮੇਰੇ ਨਾਲ ਕੁਛ ਯਾਤਰੀ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਇੰਡੀਆ ਤੋਂ ਪਾਕਿਸਤਾਨ ਆਏ ਨੇ, ਇਹਨਾਂ ਨਾਲ ਗੱਲਬਾਤ ਕਰਨੇ ਆ। ਇਹਨਾਂ ਨੂੰ ਅੱਜ ਦੂਜਾ ਦਿਨ ਨੇ ਔਰ ਇੱਕ ਦਿਨ ਦਾ ਐਕਸਪੀਰੀਅੰਸ ਕਿਹਾ ਰਿਹਾ, ਕੀ ਐਕਸਪੈਕਟੇਸ਼ਨਸ ਨੇ ਇਹਨਾਂ ਦੀਆਂ? ਹਾਂਜੀ, ਹਾਲ ਚਾਲ ਵਧੀਆ ਜੀ। ਨਾਮ ਸਰਬਜੀਤ ਕੌਰ। ਅੱਛਾ ਜੀ, ਦਿੱਲੀ ਤੋਂ ਆਏ। ਹਸਬੈਂਡ ਨੇ ਤੁਹਾਡੇ? ਹਾਂਜੀ, ਠੀਕ ਹੈ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਨਜੀਤ ਸਿੰਘ ਹੈਗਾ। ਵਧੀਆ, ਹਾਂ ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਦੱਸੋ ਸਾਨੂੰ ਕੁਛ ਆਪਣੇ ਟੂਰ ਬਾਰੇ, ਕੀ ਪਲਾਨ ਕਰਕੇ ਆਏ ਹੋ? ਸਾਨੂੰ ਤਾਂ ਜਿੱਦਣ ਵੀਜ਼ਾ ਮਿਲ ਗਿਆ ਸੀਗਾ ਉੱਦਣ ਹੀ ਬੜੀ ਖੁਸ਼ੀ ਹੋਈ ਹੈ ਕਿ ਬਾਬੇ ਨਾਨਕ ਨੇ ਸਾਨੂੰ ਚਿੱਠੀ ਪਾ ਕੇ ਸੱਦ ਲਿਆ, ਅਤੇ ਸਾਡੇ ਮਨ ਦੇ ਵਿੱਚ ਬਹੁਤ ਖੁਸ਼ੀ ਆ। ਅਤੇ ਇੱਥੇ ਆਉਣ ਤੋਂ ਬਾਅਦ ਵੀ ਸਾਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਇੱਥੋਂ ਦੇ ਜਿਹੜੇ ਪ੍ਰਬੰਧ ਹੈਗੇ ਆ ਪਾਕਿਸਤਾਨ ਗੌਰਮੈਂਟ ਦੇ ਸਿਕਿਉਰਿਟੀ ਪਰਪਜ਼ ਦੇ ਤੌਰ 'ਤੇ, ਉਹ ਬਹੁਤ ਵਧੀਆ ਪ੍ਰਬੰਧ ਹੈਗੇ, ਅਤੇ ਅਸੀਂ ਬੜੇ ਖੁਸ਼ ਹੈਗੇ ਹਾਂ। ਅਤੇ ਮੈਂ ਖਾਸ ਕਰਕੇ ਦੋਵਾਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਵੀ ਅਤੇ ਪਾਕਿਸਤਾਨ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਰਸਤਾ ਨਾ ਇਹ ਲਗਾਤਾਰ ਖੁੱਲ੍ਹਾ ਰਹਿਣਾ ਚਾਹੀਦਾ। ਇਹ ਖਾਲੀ ਦਿਨ ਤਿਉਹਾਰ 'ਤੇ ਨਹੀਂ, ਇੱਦਾਂ ਵੀ ਸੰਗਤਾਂ ਆਉਂਦੀਆਂ ਜਾਂਦੀਆਂ ਰਹਿਣ, ਅਤੇ ਬਹੁਤ ਵਧੀਆ ਹੋਏਗਾ। ਅੱਛਾ, ਹਾਂਜੀ, ਠੀਕ ਹੈ। ਅਤੇ ਇਹ ਦੱਸੋ ਪਲੈਨ ਕੀ ਨੇ, ਕਿੱਥੇ ਕਿੱਥੇ ਜਾਣਾ ਹੈ, ਕੀ ਸੋਚ ਕੇ ਆਏ ਹੋ? ਹਾਂਜੀ, ਪਲੈਨ ਤਿਆਰ ਕੀਤਾ ਹੈਗਾ ਹੈ, ਸਾਡੇ ਨਾਲ ਵੀ ਸ਼ੇਅਰ ਕਰੋ। ਜਿੱਦਾਂ ਕਿ ਅੱਜ ਤਾਂ ਅਸੀਂ ਇੱਥੇ ਪਹੁੰਚੇ ਹਾਂ, ਅਤੇ ਕੱਲ੍ਹ ਸਾਨੂੰ ਪੰਜਾ ਸਾਹਿਬ ਲੈ ਕੇ ਜਾਣਗੇ, ਅਤੇ ਉਹਦੇ ਬਾਅਦ 'ਚ ਡੇਰਾ ਸਾਹਿਬ ਜਾਣਾ ਹੈਗਾ, ਉਹਦੇ ਬਾਅਦ 'ਚ ਕਰਤਾਰਪੁਰ ਸਾਹਿਬ ਜਾਣਾ ਹੈਗਾ। ਅਤੇ ਇਹ ਪੂਰੀ ਸਾਡੀ ਜਿਹੜੀ 10 ਦਿਨ ਦੀ ਯਾਤਰਾ ਹੈਗੀ ਆ, ਇਹਨੂੰ ਸਾਡੀ ਪੂਰੀ ਕਰਨੀ ਹੈਗੀ ਆ, ਅਤੇ ਬਾਬੇ ਦੀ ਕਿਰਪਾ ਹੈਗੀ ਆ, ਕਿਉਂਕਿ ਜਦੋਂ ਸਾਨੂੰ ਵੀਜ਼ਾ ਮਿਲ ਗਿਆ ਤਾਂ ਸਮਝੋ ਕਿਰਪਾ ਸਾਡੇ 'ਤੇ ਹੋ ਗਈ ਆ, ਯਾਤਰਾ ਸਾਡੀ ਜਿਹੜੀ ਹੈ ਸਫਲ ਹੋ ਗਈ ਹੈ, ਯਾਤਰਾ ਪੂਰੀ ਹੋਏਗੀ। ਅੱਛਾ, ਤੁਹਾਡਾ ਮਤਲਬ ਕੀ ਐਕਸਪੈਕਟੇਸ਼ਨ ਸੀ, ਪਾਕਿਸਤਾਨ ਕਿੱਦਾਂ ਦਾ ਵਾ ਪਹਿਲੀ ਵਾਰ ਜੋ ਆਏ ਹੋ ਤੁਸੀਂ? ਨਹੀਂ, ਠੀਕ ਲੱਗਦਾ ਹੈਗਾ ਪਾਕਿਸਤਾਨ। ਅਸੀਂ ਡਰ ਖੌਫ ਨਹੀਂ? ਨਹੀਂ ਨਹੀਂ, ਕੋਈ ਡਰ ਨਹੀਂ, ਇੰਡੀਆ ਵਰਗਾ ਹੀ ਸਾਡਾ, ਮਤਲਬ ਪੇਰੈਂਟਸ ਇੱਥੋਂ ਦੇ ਹੈਗੇ, ਗੁਜਰਾਂਵਾਲੇ ਦੇ। ਗੁਜਰਾਂਵਾਲੇ ਦੇ? ਗੁਜਰਾਂਵਾਲੇ ਦੇ, ਹਾਂਜੀ ਹਾਂਜੀ, ਠੀਕ ਹੈ। ਤੇ ਹੁਣ ਪਿੱਛੇ ਕੋਈ ਹੈ ਗੁਜਰਾਂਵਾਲਾ, ਕੋਈ ਰਿਲੇਟਿਵ ਵਗੈਰਾ? ਨਹੀਂ, ਕੋਈ ਪਤਾ ਕਿਹੜਾ ਪਿੰਡ ਵਗੈਰਾ ਹੈ? ਅਸੀਂ ਨਹੀਂ, ਗੁਜਰਾਂਵਾਲਾ ਹੀ ਸੁਣਿਆ ਪਿੰਡ ਪੁੰਡ ਦਾ, ਤੇ ਕੋਈ ਜਾਣ ਨਹੀਂ। ਲਾਹੌਰ ਦੇ ਲੋਕ? ਕਿਹੜੀ ਬਰਾਦਰੀ ਆਪਣੀ? ਅਸੀਂ ਜੱਟ ਸਿੱਖ ਹੈਗੇ ਆ। ਜੱਟ, ਠੀਕ ਹੈ, ਬਿਲਕੁਲ ਜੀ। ਪਾਕਿਸਤਾਨ 'ਚ ਵੀ ਇੱਥੇ ਲਹਿੰਦੇ ਪੰਜਾਬ 'ਚ ਵੀ ਬਹੁਤ ਇੱਕ ਵੱਡੀ ਤਾਦਾਦ ਹੈ ਜੱਟਾਂ ਦੀ। ਅਤੇ ਤੁਸੀਂ ਇਸ ਤੋਂ ਇਲਾਵਾ ਕੁਛ, ਇੱਕ ਤਾਂ ਰਿਲੀਜੀਅਸ ਪਲੇਸਿਸ 'ਤੇ ਜਾਣਾ ਵਾ ਤੁਸੀਂ, ਠੀਕ ਹੈ, ਜਿਹੜੇ ਜਿਹੜੇ ਗੁਰਦੁਆਰੇ ਹੈ ਨੇ, ਇਸ ਦੇ ਇਲਾਵਾ ਕੀ ਤੁਹਾਡਾ ਪਲੈਨ ਹੈ, ਕਿੱਥੇ ਕਿੱਥੇ ਜਾਣਾ? ਹਾਂਜੀ, ਲਾਹੌਰ ਤੋਂ ਸ਼ੋਪਿੰਗ ਕਰਾਂਗੇ ਥੋੜ੍ਹੀ ਬਹੁਤ, ਬਾਕੀ ਜੋ ਗੁਰਦੁਆਰੇ ਇਹੋ ਹੀ ਘੁੰਮਾਂਗੇ, ਹੋਰ ਤਾਂ ਕਿਤੇ ਕਹਿ ਰਹੇ ਜਾ ਨਹੀਂ ਦੇਣ ਦੇ ਰਹੇ। ਲਾਹੌਰ ਦਾ ਕਿੰਨੇ ਦਿਨ ਦਾ ਸਟੇ ਹੈ? 3 ਦਿਨ ਦਾ ਸਟੇ ਹੈਗਾ। 3 ਦਿਨ ਲਾਹੌਰ? ਹਾਂਜੀ, ਠੀਕ ਹੈ। ਅਤੇ 3 ਦਿਨਾਂ 'ਚ ਤੁਹਾਨੂੰ ਲਾਹੌਰ ਕਿੱਥੇ ਵਿਜ਼ਿਟ ਕਰਨ ਦਾ, ਬਾਜ਼ਾਰ ਦਾ ਵੀ ਅਲਾਓ ਕਰਨਗੇ ਜਾਂ ਸਿਰਫ ਗੁਰਦੁਆਰੇ ਤੱਕ ਮਹਦੂਦ ਰਹੇ? ਬਾਜ਼ਾਰ ਦਾ ਵੀ। ਅੱਛਾ, ਬਾਜ਼ਾਰ ਦਾ ਅਲਾਓ ਹੈ? ਹਾਂਜੀ, ਸ਼ੋਪਿੰਗ ਕਰਨ ਦਾ ਹੈ। ਫਿਰ ਤਾਂ ਕੁਛ ਨਾ ਕੁਛ ਰਿਸਰਚ ਕਰਕੇ ਆਏ ਹੋਵੋਗੇ ਲਾਹੌਰ ਬਾਰੇ? ਨਹੀਂ, ਦੇਖਿਆ ਨਹੀਂ। ਅੱਛਾ, ਹਾਂਜੀ, ਤੁਸੀਂ ਤਾਂ ਬਹੁਤਾ ਜਾਣਦੇ ਹੋਵੋਗੇ ਲਾਹੌਰ ਬਾਰੇ। ਨਹੀਂ, ਲਾਹੌਰ ਬਾਰੇ ਤਾਂ ਮੈਂ ਬਹੁਤਾ ਨਹੀਂ ਜਾਣਦਾ,
ਤੇ ਬਾਕੀ ਸਾਡੇ ਇੱਕ ਪੰਜਾਬੀ ਚ ਕਹਾਵਤ ਆ ਕਿ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ, ਤੇ ਕਲਾਨੌਰ ਸਾਡੇ ਉੱਥੇ ਗੁਰਦਾਸਪੁਰ ਚ ਹੈਗਾ। ਤੇ ਲਾਹੌਰ ਦੀ ਇਹੋ ਇੱਕ ਖਾਸੀਅਤ ਹੈਗੀ ਕਿ ਲਾਹੌਰ ਇੱਕ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸਾਡੀ ਰਾਜਧਾਨੀ ਸੀ ਤੇ ਬੜੀ ਮਸ਼ਹੂਰ ਜਗ੍ਹਾ ਰਹੀ ਆ। ਤੇ ਜੇ ਬਾਬੇ ਨੇ ਟਾਈਮ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਧ ਹੈਗੀ ਉੱਥੇ ਵੀ ਜਾਵਾਂਗੇ ਜ਼ਰੂਰ, ਕਿਉਂਕਿ 40 ਸਾਲ ਸਾਨੂੰ ਸਿੱਖਾਂ ਨੂੰ ਰਾਜ ਮਿਲਿਆ ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ, ਤੇ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਮੌਕਾ ਮਿਲਿਆ। ਤੇ ਦੋ ਜੀ ਆਏ ਹੋ ਫੈਮਿਲੀ ਚੋਂ? ਹਾਂਜੀ ਅਸੀਂ ਦੋ ਜੀ ਆਏ ਜੀ, ਦੋਨੇ ਦਿੱਲੀ ਤੋਂ। ਹਾਂਜੀ ਹਾਂਜੀ, ਠੀਕ ਹੈ। ਤੇ ਮੈਂ ਇੱਕ ਚੀਜ਼ ਦੇਖਣਾ ਸਰਦਾਰ ਜੀ, ਮੋਸਟਲੀ ਯੰਗਸਟਰਸ ਨਹੀਂ ਆਉਂਦੇ, ਤੁਸੀਂ ਯੰਗ ਹੋ, ਤੁਸੀਂ ਨਜ਼ਰ ਆਇਓ ਲੇਕਿਨ ਨਹੀਂ ਆਉਂਦੇ, ਕੀ ਵਜ੍ਹਾ ਹੈ? ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜੰਗ ਜਿਹੜੇ ਆ ਉਹ ਥੋੜ੍ਹਾ ਕੰਮਾਂ ਕਾਰਾਂ 'ਚ ਬਿਜ਼ੀ ਹੈਗੇ ਆ, ਬਜ਼ੁਰਗ ਰਿਟਾਇਰ ਹੋ ਜਾਂਦੇ ਆ ਅਤੇ ਉਹ ਫਿਰ ਆਪਣੀ ਯਾਤਰਾ ਕਰਦੇ ਆ। ਇੱਦਾਂ ਦੀ ਕੋਈ ਬਾਕੀ ਡਰ ਖੌਫ ਵਾਲੀ ਕੋਈ ਗੱਲ ਨਹੀਂ ਹੈਗੀ, ਸਾਨੂੰ ਲੱਗਦਾ ਕਿ ਸਾਡੇ ਉੱਥੇ ਵੀ ਭਰਾ ਹੀ ਬੈਠੇ ਆ, ਕੋਈ ਸਾਨੂੰ ਇੱਦਾਂ ਦੀ ਗੱਲ ਨਹੀਂ ਹੈਗੀ। ਔਰ ਤੋਂ ਪਹਿਲਾਂ ਹੀ ਵੀ ਇਹੀ ਸੋਚ? ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਉੱਥੇ ਹਿੰਦੁਸਤਾਨ ਦੇ ਵਿੱਚ ਵੀ ਬੜੇ ਮੁਸਲਮਾਨਾਂ ਨਾਲ ਚੰਗੇ ਰਿਲੇਸ਼ਨ ਹੈਗੇ ਆ। ਹਾਂਜੀ ਹਾਂਜੀ, ਅਤੇ ਕੋਈ ਇੱਦਾਂ ਦੀ ਸਾਨੂੰ ਕੋਈ ਗੱਲ ਨਹੀਂ ਹੈਗੀ। ਆਪਣਾ ਪਿੰਡ ਕਿਹੜਾ ਵਾ? ਵੈਸੇ ਤਾਂ ਮੈਂ ਗੁਰਦਾਸਪੁਰ ਤੋਂ, ਪਰ ਅੱਜ ਕੱਲ੍ਹ ਮੈਂ ਦਿੱਲੀ ਦੇ ਵਿੱਚ ਸੈਟਲ ਹਾਂ 25 ਸਾਲ ਤੋਂ। ਹਾਂ, ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਸ ਚੇਅਰਮੈਨ ਹੈਗਾ। ਹਾਂਜੀ ਹਾਂਜੀ, ਠੀਕ ਹੈ। ਚਲੋ ਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਇਜਾਜ਼ਤ ਦਿਓ, ਰੱਬ ਰਾਖਾ।